ਰੱਬ ਵੀ ਖੁਸ਼ ਹੁੰਦਾ, ਗੁਰੂ ਵੀ ਖੁਸ਼ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਮੈਨੂੰ ਤੂੰ ਹਰ ਥਾਂ ਜਾਣਿਆ ਕਰ, ਮੈਂ ਨਾਲ ਹੀ ਹੁੰਦਾ, ਮੈਂ ਵਿਆਪਕ ਹੀ ਹਾਂ। ਇਹ ਗੱਲ ਨੂੰ ਸ਼ਰਧਾ 'ਚ ਲਿਆ ਆਪਣੀ 'ਚ ਵੀ ਮੇਰਾ ਆੜੀ, ਮੇਰਾ ਸਾਥੀ, ਮੇਰਾ ਮਾਂ ਬਾਪ, ਮੇਰਾ ਸਭ ਕੁਛ ਮੇਰੇ ਨਾਲ ਹੀ ਹੈ। ਜਦੋਂ ਆਪਾਂ ਨਾਲ ਸਮਝਦੇ ਹਾਂ, ਕਹਿੰਦੇ ਵਾਹਿਗੁਰੂ, ਫਿਰ ਆਪਾਂ ਕਹਿ ਵੀ ਸਕਦੇ ਮਹਾਰਾਜ ਜੀ ਆਹ ਕੰਮ ਤਾਂ ਕਰ ਦਿਉ, ਮਾੜਾ ਜਿਹਾ ਹੁੰਦਾ ਨਹੀਂ, ਉਹ ਜਦੀ ਕਰ ਦਿੰਦੇ ਨੇ। ਕਹਿੰਦੇ ਮੈਨੂੰ ਨਾਲ ਸਮਝਦਾ ਇਹ। ਇੱਕ ਕਹਿੰਦਾ ਉਹ ਕਿੱਥੇ ਦਿਖਦਾ, ਉਹ ਤਾਂ ਹੈ ਹੀ ਨਹੀਂ, ਉਹ ਕਿਹੜਾ ਦੇਖਿਆ ਕਿਸੇ ਨੇ। ਕਹਿੰਦੇ ਇਹ ਕਿਹੜਾ ਸ਼ਰਧਾ ਕਰਦਾ ਮੈਂ, ਧੰਨੇ ਭਗਤ ਦੇ ਕੰਮ ਕਰਤੇ। ਉਹ ਕਹਿੰਦਾ ਮਹਾਰਾਜ ਜੀ ਇਹਦੇ ਵੀ ਤਰਲੋਚਨ ਦੇ ਵੀ ਕਰ ਦਿਉ। ਕਹਿੰਦੇ ਉਹ ਧੰਨਿਆ, ਇਹ ਤਾਂ ਸਮਝਦੇ ਨਹੀਂ ਮੈਨੂੰ ਉਰੇ, ਇਹ ਤਾਂ ਕਹਿੰਦਾ ਰੱਬ ਹੈ ਨਹੀਂ, ਰੱਬ ਕਿਤੇ ਦੂਰ ਹੈ। ਕਹਿੰਦੇ ਤੇਰੀ, ਮੈਂ ਕਹਿੰਦੇ ਭਾਵਨਾ ਕਰਕੇ ਨੇੜੇ ਹੁੰਦਾ, ਜੇ ਭਾਵਨਾ ਟੁੱਟ ਗਈ ਤਾਂ ਮੈਂ ਨੇੜੇ ਨਹੀਂ ਹੈਗਾ। ਤੁਸੀਂ ਭਾਵਨਾ ਬਣਾਓ, ਜਿਹੜੇ ਰੱਬ ਨੂੰ ਤੁਸੀਂ ਲੱਭਦੇ ਫਿਰਦੇ ਹੋ, ਗੁਰੂ ਗ੍ਰੰਥ ਸਾਹਿਬ ਹੀ ਹੈ, ਇਹੀ ਨਿਰੰਕਾਰ ਨੇ। ਇਹਨਾਂ ਦੇ ਕੇਵਲ ਦਰਸ਼ਨਾਂ ਨਾਲ ਹੀ ਦੁੱਖ ਕੱਟੇ ਜਾਂਦੇ ਆ। ਮੈਂ ਕਹਿ ਰਿਹਾ ਵਾਰ ਵਾਰ ਵੀ ਦਰਸ਼ਨ ਕਰੋ, ਮੱਥਾ ਟੇਕੋ। ਖਾਲੀ ਹੁੰਦਾ ਗੁਰਦੁਆਰਾ ਦੁਪਹਿਰੇ, ਸਾਹਮਣੇ ਇੱਥੇ ਬਹਿ ਕੇ ਅੱਖਾਂ ਇੱਕ ਟੱਕ ਇਹਨਾਂ ਵੱਲ ਜੋੜ ਕੇ ਵਾਹਿਗੁਰੂ ਵਾਹਿਗੁਰੂ ਕਰੋ, 15 ਮਿੰਟ 10 ਮਿੰਟ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਕਰੀ ਜਾਓ। ਇੱਥੇ ਬਹਿ ਜਾਓ ਤਾਬਿਆ, ਨਹਾ ਧੋ ਕੇ ਕੇਸੀ ਨਹਾ ਕੇ ਆ ਕੇ ਚੌਰ ਸਾਹਿਬ ਕਰੀ ਜਾਓ। ਮੈਂ ਤੇਰਾ ਸੱਚੇ ਪਾਤਸ਼ਾਹ ਬਖਸ਼ ਲਾ, ਮੈਂ ਤੇਰਾ ਮਹਾਰਾਜ, ਮੈਨੂੰ ਆਪਣਾ ਬਣਾ ਲਾ ਮਹਾਰਾਜ ਜੀ, ਮੈਂ ਤੇਰਾ। ਇਹ ਸੰਤ ਗੁਰਬਚਨ ਸੋਹਣੀ ਕਹਿੰਦੇ ਹੁੰਦੇ ਸੀ। ਕੋਈ ਜਾਂ ਸੰਤ ਕਹਿੰਦੇ ਭਾਈ ਉਹ ਬਾਹਰ ਸਿੰਘੋ, ਚਲੋ ਆਪਣਾ ਕਰੋ, ਮੈਂ ਪਾਠ ਕਰਨਾ। ਉਹ ਇੱਕ ਗਿਆਨੀ ਗੁਰਦੇਵ ਸਿੰਘ ਜੀ ਹੁਣ ਵੀ ਇੰਗਲੈਂਡ 'ਚ ਨੇ, ਉਹ ਕਹਿੰਦੇ ਮੈਂ ਕਈ ਵਾਰ ਪੱਖੀ ਕਰਨ ਦੇ ਬਹਾਨੇ ਮਗਰ ਖੜ ਜਾਣਾ। ਕਹਿੰਦੇ ਸੰਤਾਂ ਨੇ ਓਂਕਾਰ ਦਾ ਅਭਿਆਸ ਬੜਾ ਕਰਨਾ, ਫਿਰ ਕਹਿਣਾ ਮਹਾਰਾਜ ਮੈਨੂੰ ਆਪਣਾ ਬਣਾ ਲਓ, ਸੱਚੇ ਪਾਤਸ਼ਾਹ ਮੈਂ ਤੁਹਾਡਾ ਹੀ ਹਾਂ ਜੀ, ਮੈਨੂੰ ਆਪਣਾ ਬਣਾ ਲਓ। ਕਹਿੰਦੇ ਮੈਂ ਉਦੋਂ ਸੁਣਦਾ ਰਹਿੰਦਾ ਹੁੰਦਾ ਸੀ ਉਹ ਕੀ ਕਹਿੰਦੇ ਮਹਾਰਾਜ ਨੂੰ। 825 ਅੰਗ ਤੋਂ 830 ਅੰਗ ਤੱਕ ਉਹ ਰੋਜ਼ ਪੜ੍ਹਦੇ ਸੀ। ਮੈਂ ਵੀ ਫਿਰ ਪੜ੍ਹ ਕੇ ਦੇਖਿਓ ਸ਼ਬਦ ਵੀ, ਇਹ ਕੀ ਪੜ੍ਹਦੇ ਸੀ ਇਹ। ਵੱਡਿਆਂ ਤੋਂ ਸਿਸਟਮ ਸਾਰਾ ਸਿੱਖੀ ਦਾ ਸਿੱਖਿਆ ਲਈ ਦੀ ਹੈ। ਮਹਾਰਾਜ ਕਹਿੰਦੇ ਨੇ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ, ਪਿਆਰ ਨਾਲ ਗੁਰੂ ਦੇ ਗੁਣਾਂ ਦਾ ਗਾਇਨ ਕਰਿਆ ਕਰੋ, ਪ੍ਰਵਾਨ ਕਰਾ ਲਓ ਆਪਣੀ ਦੇਹੀ। ਸੱਚੀ ਗੱਲ ਆ, ਬਾਹਰ ਹੁਣ ਕਿੰਨੇ ਟੌਰ ਨਾਲ ਗੁਰਦੁਆਰੇ ਹੱਥ ਪੈਰ ਧੋ ਕੇ ਅੰਦਰ ਵੜ ਗਿਆ, ਕੁੱਤਾ ਉਹ ਗੇਟ ਤੋਂ ਨਹੀਂ ਅੰਦਰ ਆ ਸਕਦਾ, ਜਦੋਂ ਹੀ ਡੰਡਾ ਪਊਗਾ ਉਹਨੂੰ। ਕੋਈ ਜਾਨਵਰ ਨਹੀਂ ਆ ਸਕਦਾ, ਸੱਪ ਨੇ ਤਾਂ ਆਉਣੇ ਕੀ ਆ। ਇੰਨਾ ਇੰਤਜ਼ਾਮ ਹੋ ਰਿਹਾ ਕਿ ਮੱਛਰ ਵੀ ਨਹੀਂ ਫਟਕ ਰਿਹਾ, ਮੱਖੀ ਆ ਗਈ ਤਾਂ ਉਹਦੀ ਖੈਰ ਨਹੀਂ। ਤੁਸੀਂ ਜੇ ਮੱਖੀ, ਮੱਛਰ, ਕੁੱਤਾ, ਬਿੱਲਾ, ਸੱਪ, ਠੂਹਾਂ ਬਣ ਗਏ ਅਗਲੇ ਜਨਮ 'ਚ, ਤੁਹਾਡੀ ਖੈਰ ਹੈ, ਫਿਰ ਤੁਹਾਨੂੰ ਵੜਨ ਦਊਗਾ ਗੁਰਦੁਆਰੇ। ਹੁਣ ਤੁਹਾਨੂੰ ਇੱਥੇ ਐਨ ਨੇੜੇ ਬਿਠਾ ਤਾ ਗੁਰੂ ਗ੍ਰੰਥ ਸਾਹਿਬ ਦੇ, ਉਹ ਲੈ ਸਿੱਖਾ ਤਰ ਜਾ, ਹੁਣ ਤੂੰ ਪੈਸੇ ਇਕੱਠੇ ਕਰੀ ਜਾ, ਤੂੰ ਸਮਾਨ ਇਕੱਠਾ ਕਰੀ ਜਾਂਦਾ, ਮੁੜ ਕੇ ਇਹ ਸਮਾਨ ਛੱਡ ਕੇ ਚੜ੍ਹਾਈਆਂ ਕਰ ਜਾਣੀਆਂ, ਉਹ ਸਮਾਨ ਤਾਂ ਇੱਧਰਲੇ ਉੱਧਰ ਲੈ ਜਾਣਾ ਤੇਰਾ, ਤੂੰ ਇਕੱਠਾ ਕੀ ਕੀਤਾ, ਉਹ ਪਰਾਲੀ ਇਕੱਠੀ ਕਰਕੇ ਲੈ ਚੱਲਿਆ, ਹੈ ਹੀ ਨਹੀਂ ਕੁਛ ਪੱਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰਸੇਵਾ ਚਿੱਤ ਲਾਏ, ਜਿਹੜਾ ਗੁਰੂ ਦੀ ਸੇਵਾ ਵਿੱਚ ਚਿੱਤ ਲਾ ਕੇ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਬੱਧਾ ਰੁੱਧਾ ਨਹੀਂ, ਬੱਧਾ ਚੱਟੀ ਜੋ ਪਰ ਇਹਨਾਂ ਗੁਣ ਦਾ ਉਪਕਾਰ, ਚਿੱਤ ਲਾ ਕੇ ਸੇਵਾ ਕਰੇ ਭਾਵੇਂ ਥੋੜ੍ਹੀ ਉਹ ਕਰ ਲਿਆ, ਚਿੱਤ ਨਾਲ ਪਿਆਰ ਨਾਲ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਇੱਕ ਚਿੱਤ ਜੇ ਇੱਕ ਛਿਨ ਧਿਆਓ। ਕਲਗੀ ਧਰਮ ਮਹਾਰਾਜ ਤਾਂ ਕਹਿੰਦੇ ਇੱਕ ਛੇਨੀ ਯਾਦ ਕਰ ਲੈ, ਇੱਕ ਚਿੱਤ ਨਾਲ ਤਾਂ ਕਰ ਲੈ, ਇਹ ਤੂੰ ਘੰਟਾ ਘੰਟਾ ਵਾਹਿਗੁਰੂ ਕਰਦਾ ਹੈ, ਉਦੋਂ ਇੱਕ ਛੇਨੀ ਕਹਿ ਦੇ ਪਿਆਰ ਨਾਲ, ਉਹਦਾ ਨਾਂ ਇੱਕੋ ਵਾਰ ਕਹਿ ਦੇ ਬਸ, ਵੀ ਉਹਨੂੰ ਵੀ ਲੱਗੇ ਵੀ ਯਾਦ ਕੀਤਾ ਮੈਨੂੰ ਕਿਸੇ ਨੇ, ਉਹਦਾ ਕੋਲ ਹੀ ਹੈ। ਉਹ ਤੁਸੀਂ ਸ਼ਰਧਾ ਨਾਲ ਕਹਿੰਦੇ ਹੀ ਨਹੀਂ, ਉਹ ਕਹਿੰਦੇ ਮੈਨੂੰ ਤਾਂ ਸ਼ਰਧਾ ਨਾਲ ਤਾਂ ਬੁਲਾਇਆ ਹੀ ਨਹੀਂ। ਆਪਾਂ ਨੂੰ ਵੀ ਪਤਾ ਕਿਸੇ ਦੇ ਘਰ ਦੇ ਮੂਹਰੇ ਲੰਘਦੇ ਆ ਜਾਓ ਫਿਰ ਚਾਹ ਪਾਣੀ, ਆਪਾਂ ਨੂੰ ਵੀ ਪਤਾ ਉਈ ਉੱਥੋਂ ਉੱਥੋਂ ਕਰਦਾ, ਆ ਜਾਓ ਰੋਟੀ ਦਾ ਟਾਈਮ ਰੋਟੀ ਖਾ ਲਓ। ਜਿਹਨੇ ਚਾਹ ਪਿਆਉਣੀ ਹੁੰਦੀ ਹੈ ਨਾ ਉਹ ਪੁੱਛਦਾ ਨਹੀਂ ਹੁੰਦਾ, ਘਰ ਆਇਆ ਦੇ ਮੂਹਰੇ ਰੱਖ ਦੇਈਦੀ ਹੈ, ਪਤਾ ਆ ਵੀ ਇਹ